ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ 'ਤੇ। ਪਿਛਲੇ ਸਾਲ ਰਿਕਾਰਡ 1,40,000 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕਰਨ ਮਗਰੋਂ ਭਾਰਤ ਸਥਿਤ ਅਮਰੀਕੀ ਕੌਂਸੂਲੇਟ ਇਸ ਸਾਲ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਤਾਵਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਵੀਜ਼ਿਆਂ ਦੀ ਅਨੁਮਾਨਿਤ ਕੁੱਲ ਗਿਣਤੀ ਪਿਛਲੇ ਸਾਲ ਦੇ ਬਰਾਬਰ ਜਾਂ ਉਸ ਤੋਂ ਵੱਧ ਹੋਵੇਗੀ। ਭਾਰਤ 'ਚ ਅਮਰੀਕੀ ਮਿਸ਼ਨ ਨੇ ਦੇਸ਼ ਭਰ 'ਚ ਆਪਣਾ 8ਵਾਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਤਹਿਤ ਨਵੀਂ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਿਚਲੇ ਕੌਂਸੂਲੇਟ ਦੂਤਾਵਾਸ ਅਧਿਕਾਰੀਆਂ ਨੇ ਵਿਦਿਆਰਥੀ ਵੀਜ਼ੇ ਦੇ ਅਰਜ਼ੀਕਾਰਾਂ ਨਾਲ ਇੰਟਰਵਿਊਜ਼ ਕੀਤੀਆਂ। ਦਿੱਲੀ ਸਥਿਤ ਅਮਰੀਕੀ ਦੂਤਾਵਾਸ 'ਚ ਸਵੇਰ ਤੋਂ ਹੀ ਵਿਦਿਆਰਥੀਆਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਅਮਰੀਕੀ ਯੂਨੀਵਰਸਿਟੀਆਂ 'ਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਪੜ੍ਹਦੇ ਨੇ ਅਤੇ ਪਿਛਲੇ ਸਾਲ ਭਾਰਤ 'ਚ ਅਮਰੀਕੀ ਕੌਂਸੂਲੇਟ ਨੇ 1,40,000 ਤੋਂ ਵੱਧ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ, ਜੋ ਕਿ ਕਿਸੇ ਵੀ ਹੋਰ ਮੁਲਕ ਮੁਕਾਬਲੇ ਵੱਧ ਸਨ। ਗੌਰਤਲਬ ਹੈ ਕਿ ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਉੱਚ ਸਿੱਖਿਆ ਲਈ ਨੰਬਰ ਇੱਕ ਮੰਜ਼ਿਲ ਬਣਿਆ ਹੋਇਆ ਹੈ। ਅਧਿਐਨ ਦਰਸਾਉਂਦੇ ਨੇ ਕਿ 69% ਭਾਰਤੀ ਵਿਦਿਆਰਥੀ ਕਿਸੇ ਵੀ ਹੋਰ ਮੰਜ਼ਿਲ ਨਾਲੋਂ ਅਮਰੀਕੀ ਸਿੱਖਿਆ ਨੂੰ ਤਰਜੀਹ ਦਿੰਦੇ ਨੇ। ਪਿਛਲੇ 3 ਸਾਲਾਂ 'ਚ ਅਮਰੀਕਾ 'ਚ ਪੜ੍ਹਨ ਲਈ ਚੁਣਨ ਵਾਲੇ ਭਾਰਤੀਆਂ ਦੀ ਗਿਣਤੀ 'ਚ ਮਹੱਤਵਪੂਰਨ ਵਾਧਾ ਹੋਇਆ ਹੈ। 2023 'ਚ ਭਾਰਤ ਦੀ USA ਮਿਸ਼ਨ ਨੇ 2018, 2019, 2020 ਦੇ ਮੁਕਾਬਲੇ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ। US ਰਾਜਦੂਤ ਐਰਿਕ ਗਾਰਸੇਟੀ ਨੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ਅਮਰੀਕੀ ਵਿੱਦਿਅਕ ਸੰਸਥਾਵਾਂ 'ਚ ਹਰੇਕ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਸ਼ਾਨਦਾਰ ਪ੍ਰਾਪਤੀ ਨੂੰ ਦਰਸਾਉਂਦਾ ਹੈ। ਉਹਨਾਂ ਦੇ ਸਾਲਾਂ ਦੇ ਅਧਿਐਨ ਅਤੇ ਸਖ਼ਤ ਮਿਹਨਤ ਅਕਾਦਮਿਕ ਉੱਤਮਤਾ ਦੀ ਤਿਆਰੀ 'ਚ ਚਲੇ ਗਏ ਨੇ। ਪਹਿਲਾਂ ਗਏ ਵਿਦਿਆਰਥੀਆਂ ਵਾਂਗ ਅੱਜ ਦੇ ਭਾਰਤੀ ਵਿਦਿਆਰਥੀ ਅਥਾਹ ਸੰਭਾਵਨਾਵਾਂ ਦੀ ਪ੍ਰਤੀਨਿਧਤਾ ਕਰਦੇ ਨੇ। ਜੋ ਗਿਆਨ ਤੁਸੀਂ ਪ੍ਰਾਪਤ ਕਰੋਗੇ, ਨਵੇਂ ਹੁਨਰ ਅਤੇ ਮੌਕੇ ਜੋ ਤੁਸੀਂ ਅਨੁਭਵ ਕਰੋਗੇ, ਅਤੇ ਤੁਹਾਡੇ ਦੁਆਰਾ ਬਣਾਏ ਜਾਣ ਵਾਲੇ ਰਿਸ਼ਤੇ ਨਿਵੇਸ਼ ਦੇ ਯੋਗ ਨੇ। ਅਸੀਂ ਮਿਲ ਕੇ ਅਮਰੀਕਾ ਭਾਰਤ ਸੰਬੰਧਾਂ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਹਾਂ। ਇਸ ਮੌਕੇ ਦੀ ਮਹੱਤਤਾ ਨੂੰ ਸਮਝਦੇ ਹੋਏ ਕੌਂਸਲਰ ਮਾਮਲਿਆਂ ਦੇ ਮੰਤਰੀ ਰਸਲ ਬ੍ਰਾਊਨ ਨੇ ਕਿਹਾ, ਇਸ ਸਾਲ ਭਾਰਤੀ ਵਿਦਿਆਰਥੀ ਸੰਯੁਕਤ ਰਾਜ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਅਸੀਂ US ਡਿਪਾਰਟਮੈਂਟ ਆਫ ਸਟੇਟ ਅਤੇ ਸਾਡੇ ਐਜੂਕੇਸ਼ਨ USA ਦੇ ਭਾਈਵਾਲ ਵਿਦਿਆਰਥੀ ਵੀਜ਼ਾ ਦਿਵਸ ਅਤੇ ਵਿਦਿਆਰਥੀ ਸੀਜ਼ਨ ਦੌਰਾਨ ਵਿਦਿਆਰਥੀਆਂ ਵੀਜ਼ਾ ਬਿਨੈਕਾਰਾਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਭਾਰਤ 'ਚ ਅਮਰੀਕੀ ਦੂਤਘਰ ਅਤੇ ਕੌਂਸੂਲੇਟ ਭਾਰਤ ਤੋਂ ਵਿਦਿਆਰਥੀ ਵੀਜ਼ਾ ਬਿਨੈਕਾਰਾਂ 'ਚ ਲਗਾਤਾਰ ਵਾਧੇ ਦੀ ਉਮੀਦ ਕਰਦੇ ਨੇ ਅਤੇ ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਵਿਦਿਆਰਥੀ ਵੀਜ਼ਾ ਸੀਜ਼ਨ ਨੂੰ 2024 ਤੱਕ ਵਧਾ ਦਿੱਤਾ ਗਿਆ। ਭਾਰਤੀ ਵਿਦਿਆਰਥੀ, ਜੋ ਪਹਿਲਾਂ ਹੀ ਅਮਰੀਕਾ 'ਚ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ, ਰੁਜ਼ਗਾਰ ਆਧਾਰਿਤ US ਵੀਜ਼ਾ ਪ੍ਰਾਪਤ ਕਰਦੇ ਨੇ ਜਾਂ ਆਪਣੇ ਆਪਣੇ ਖੇਤਰ 'ਚ ਆਗੂ ਬਣਨ ਲਈ ਭਾਰਤ ਵਾਪਸ ਆਉਂਦੇ ਨੇ, ਜੋ ਕਿ ਅਮਰੀਕਾ ਦੀ ਸਿੱਖਿਆ ਦੇ ਜੀਵਨ ਭਰ ਦੇ ਲਾਭਾਂ ਨੂੰ ਦਰਸਾਉਂਦੇ ਨੇ। G7 ਮੁਲਕਾਂ ਦੇ ਸਿਖਰ ਸੰਮੇਲਨ 'ਚ ਆਗੂ ਅਮਰੀਕੀ ਤਜਵੀਜ਼ 'ਤੇ ਰਾਜ਼ੀ ਹੋ ਗਏ ਨੇ ਕਿ ਜ਼ਬਤ ਕੀਤੀਆਂ ਗਈਆਂ ਰੂਸੀ ਸੰਪੱਤੀਆਂ ਤੋਂ ਹਾਸਲ 50 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਕਮ ਯੂਕਰੇਨ ਨੂੰ ਦਿੱਤੀ ਜਾਵੇ। ਯੂਰਪ 'ਚ ਸਿਆਸੀ ਹਾਲਾਤ ਭਾਵੇਂ ਬਦਲ ਰਹੇ ਨੇ, ਪਰ G7 ਦੀ ਮੀਟਿੰਗ ਦੌਰਾਨ ਯੂਕਰੇਨ ਨੂੰ ਡਟ ਕੇ ਹਮਾਇਤ ਦੇਣ ਦਾ ਅਹਿਦ ਲਿਆ ਗਿਆ। ਉਂਝ ਇਹ ਸਹਾਇਤਾ ਦੇਣ ਲਈ ਕਾਨੂੰਨੀ ਨੁਕਤੇ ਤੋਂ ਵੀ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਜੇ ਆਉਂਦੇ ਸਮੇਂ 'ਚ ਰੂਸ ਯੂਕਰੇਨ ਜੰਗ ਖਤਮ ਹੋ ਗਈ ਤਾਂ ਫਿਰ ਜ਼ਬਤ ਸੰਪੱਤੀਆਂ ਮੋੜਨੀਆਂ ਪੈ ਸਕਦੀਆਂ ਨੇ। ਉੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 24.2 ਕਰੋੜ ਪੌਂਡ ਦੀ ਸਹਾਇਤਾ ਯੂਕਰੇਨ ਨੂੰ ਦੇਣ ਦਾ ਐਲਾਨ ਕੀਤਾ। ਅਮਰੀਕਾ ਨੇ ਵੀ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਰੂਸ ਖਿਲਾਫ਼ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਆਲੀਸ਼ਾਨ ਰਿਜ਼ੋਰਟ 'ਚ G7 ਮੁਲਕਾਂ ਦੇ ਮੁਖੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਸ ਮੀਟਿੰਗ ਰਾਹੀਂ ਆਲਮੀ ਦੱਖਣ ਨਾਲ ਵਾਰਤਾ ਅਤੇ ਏਕਤਾ ਦੇ ਪ੍ਰਗਟਾਵੇ ਦਾ ਸੁਨੇਹਾ ਦੇਣਾ ਚਾਹੁੰਦੀ ਹੈ।
ਉਹਨਾਂ G7 ਦੀ ਤੁਲਨਾ ਪ੍ਰਾਚੀਨ ਜੈਤੂਨ ਦੇ ਦਰਖਤ ਨਾਲ ਕੀਤੀ ਜੋ ਪੁਗਲੀਆ ਖੇਤਰ ਦਾ ਪ੍ਰਤੀਕ ਹਨ, ਜਿਸ ਦਾ ਮਤਲਬ ਹੈ ਠੋਸ ਜੜ੍ਹਾਂ ਅਤੇ ਸ਼ਾਖਾਵਾਂ ਭਵਿੱਖ ਵੱਲ ਇਸ਼ਾਰਾ ਕਰਦੀਆਂ ਨੇ। ਪੋਪ ਫ੍ਰਾਂਸਿਸ G7 ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਪੋਪ ਬਣਨਗੇ। ਉਹ ਸ਼ੁੱਕਰਵਾਰ ਨੂੰ ਮਸਨੂਈ ਬੌਧਿਕਤਾ ਜਾਣੀ ਕਿ AI ਦੇ ਵਾਅਦਿਆਂ ਅਤੇ ਖਤਰਿਆਂ ਸੰਬੰਧੀ ਵਿਸ਼ੇ 'ਤੇ ਸੰਬੋਧਨ ਕਰਨਗੇ। ਇਸ ਦੌਰਾਨ ਉਹਨਾਂ ਵੱਲੋਂ ਰੂਸ, ਯੂਕਰੇਨ ਅਤੇ ਗਾਜ਼ਾ 'ਚ ਇਜ਼ਰਾਈਲ ਹਮਾਸ ਜੰਗ ਦੇ ਖਾਤਮੇ ਲਈ ਨਵੇਂ ਸਿਰੇ ਤੋਂ ਅਪੀਲ ਕੀਤੇ ਜਾਣ ਦੀ ਸੰਭਾਵਨਾ ਆ। ਇਟਲੀ, ਜੋ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਨੇ ਕਈ ਅਫਰੀਕੀ ਆਗੂਆਂ, ਅਲਜੀਰੀਆ ਦੇ ਰਾਸ਼ਟਰਪਤੀ ਅਬਦੇਲ ਮਾਜਦਿਦ ਟੇਬੂਨ, ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਅਤੇ ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੂੰ ਸੱਦੇ ਭੇਜੇ ਨੇ। ਹੋਰ ਮਹਿਮਾਨਾਂ 'ਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਇਨਾਸੀਓ ਲੂਲਾ ਡਾ ਸਿਲਵਾ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੈਯਪ ਅਰਦੌਂਗਾ ਸ਼ਾਮਲ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਚੋਣਾਂ ਦਾ ਸਾਹਮਣਾ ਕਰਨਗੇ, ਤਾਂ G7 'ਤੇ ਦਬਾਅ ਹੈ ਕਿ ਉਹ ਕੁਝ ਪੁਖਤਾ ਕਦਮ ਚੁੱਕ ਸਕੇ। ਅਮਰੀਕਾ ਦੇ ਫਲੋਰੀਡਾ ਸੂਬੇ 'ਚ ਹਾਲਾਤ ਖਤਰਨਾਕ ਬਣ ਗਏ ਨੇ, ਜਦੋਂ 24 ਘੰਟੇ ਦੇ ਅੰਦਰ 20 ਇੰਚ ਤੱਕ ਬਾਰਿਸ਼ ਦਰਜ ਕੀਤੀ ਗਈ। ਲਗਾਤਾਰ ਪਏ ਮੀਂਹ ਕਾਰਨ ਸੜਕਾਂ ਨਦੀਆਂ ਦਾ ਰੂਪ ਅਖਤਿਆਰ ਕਰ ਗਈਆਂ ਅਤੇ ਲੋਕ ਗੱਡੀਆਂ 'ਚ ਹੀ ਫਸ ਗਏ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਵੱਲੋਂ 5 ਕਾਉਂਟੀਆਂ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ, ਜਦਕਿ ਮੌਸਮ ਵਿਭਾਗ ਵੱਲੋਂ ਮੁੜ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਫਲੋਰੀਡਾ ਵਿੱਚ ਇਸ ਸਾਲ ਜਨਵਰੀ ਤੋਂ ਮਈ ਤੱਕ ਔਸਤ 12 ਇੰਚ ਬਾਰਿਸ਼ ਹੋਈ, ਪਰ ਕੁਝ ਘੰਟਿਆਂ 'ਚ ਡਿੱਗੇ ਪਾਣੀ ਨੇ ਹਰ ਪਾਸੇ ਜਲ ਥਲ ਕਰ ਦਿੱਤਾ। ਸੂਬੇ ਦਾ ਦੱਖਣੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਦੱਸਿਆ ਜਾ ਰਿਹਾ, ਜਦਕਿ ਪਿਛਲੇ ਸਮੇਂ ਤੱਕ ਸੋਕੇ ਦੀ ਮਾਰ ਹੇਠ ਮੰਨੇ ਜਾ ਰਹੇ ਪੱਛਮੀ ਇਲਾਕੇ 'ਚ 6 ਇੰਚ ਤੱਕ ਮੀਂਹ ਪੈਣ ਦੀ ਰਿਪੋਰਟ ਹੈ। ਮੌਸਮੀ ਗੜਬੜੀ ਨੂੰ ਫਿਲਹਾਲ ਸਮੁੰਦਰੀ ਤੂਫਾਨ ਦਾ ਰੂਪ ਨਹੀਂ ਮੰਨਿਆ ਗਿਆ, ਪਰ ਆਉਣ ਵਾਲੇ ਕੁਝ ਦਿਨਾਂ ਦੌਰਾਨ ਹੋਰ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੇ ਆਸਾਰ ਨੇ। ਸਭ ਤੋਂ ਵੱਧ ਆਵਾਜਾਈ ਵਾਲੇ ਇੰਟਰਸਟੇਟ 95 ਦੇ ਬਰੋਵਾਰਡ ਕਾਉਂਟੀ ਵਾਲੇ ਹਿੱਸੇ ਤੋਂ ਟ੍ਰੈਫਿਕ ਨੂੰ ਡਾਇਵਰਟ ਕਰਨਾ ਪਿਆ, ਜਿੱਥੇ ਹਾਈਵੇ ਦੇ ਉੱਪਰੋਂ ਪਾਣੀ ਵਗਣ ਦੀਆਂ ਰਿਪੋਰਟਾਂ ਨੇ। ਫਲੋਰੀਡਾ ਹਾਈਵੇ ਪੈਟਰੋਲ ਨੇ ਕਿਹਾ ਕਿ ਹਾਲਾਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਾਣੀ ਉਤਰਨ ਤੱਕ ਹਾਈਵੇ ਖੋਲ੍ਹਿਆ ਨਹੀਂ ਜਾਵੇਗਾ। ਇਸੇ ਦੌਰਾਨ ਮਿਆਮੀ ਵੈਦਰ ਸਰਵਿਸ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਅਤੇ ਹੋ ਸਕੇ ਤਾਂ ਉੱਚੀਆਂ ਥਾਵਾਂ ਚੜ੍ਹਨ ਦਾ ਸੁਝਾਅ ਦਿੱਤਾ ਗਿਆ ਹੈ। ਫੋਰਡ ਲੌਡਰਡੇਲ ਦੇ ਮੇਅਰ ਨੇ ਕਿਹਾ ਹੈ ਕਿ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਟੀਮਾਂ ਭੇਜੀਆਂ ਜਾ ਰਹੀਆਂ ਨੇ। ਇਸੇ ਦੌਰਾਨ ਪਾਣੀ 'ਚ ਫਸੇ ਕੁਝ ਲੋਕਾਂ ਨੇ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਮੁਸ਼ਕਲ ਹੀ ਨਿਕਲ ਸਕੇ। ਇੱਕ ਮਹਿਲਾ ਦੀ ਕਾਰ ਪਾਣੀ ਕਾਰਨ ਬੰਦ ਹੋ ਗਈ, ਤਾਂ ਉੱਥੋਂ ਲੰਘਦੀਆਂ ਦੂਜੀਆਂ ਗੱਡੀਆਂ ਕਾਰਨ ਪਾਣੀ ਦੀਆਂ ਛੱਲਾਂ ਲਗਾਤਾਰ ਬਣ ਰਹੀਆਂ ਸਨ ਅਤੇ ਉਸ ਦਾ ਆਪਣੀ ਗੱਡੀ ਵਿੱਚੋਂ ਬਾਹਰ ਆਉਣਾ ਔਖਾ ਹੋ ਗਿਆ। ਕਈ ਇਮਾਰਤਾਂ ਦੀਆਂ ਬੇਸਮੈਂਟਸ 'ਚ ਪਾਣੀ ਦਾਖਲ ਹੋਣ ਦੀ ਰਿਪੋਰਟ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਇਆ ਗਿਆ। ਫੋਰਟ ਲੌਡਰਡੇਲ ਹਾਲੀਵੁੱਡ ਇੰਟਰਨੈਸ਼ਨਲ ਏਅਰਪੋਰਟ 'ਤੇ ਦਰਜਣਾ ਫਲਾਈਟਸ ਰੱਦ ਹੋ ਗਈਆਂ ਜਾਂ ਦੇਰੀ ਨਾਲ ਰਵਾਨਾ ਹੋਈਆਂ। ਉੱਧਰ ਵੈਸਟ ਪਾਮ ਬੀਚ ਇਲਾਕੇ 'ਚ ਇੱਕ ਵੱਡਾ ਵਾਵਰੋਲਾ ਆਉਣ ਦੀ ਰਿਪੋਰਟ ਹੈ, ਜਿਸ ਕਾਰਨ ਹੋਏ ਨੁਕਸਾਨ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਨੈਸ਼ਨਲ ਵੈਦਰ ਸਰਵਿਸ ਦੀ ਪੇਸ਼ਨਗੋਈ ਤੋਂ ਫਲੋਰੀਡਾ ਵਾਸੀਆਂ ਦਾ ਡਰ ਹੋਰ ਵੱਧ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ 17 ਤੋਂ 25 ਤੂਫਾਨ, 13 ਸਮੁੰਦਰੀ ਤੂਫਾਨ ਅਤੇ 4 ਖਤਰਨਾਕ ਹਰੀਕੇਨ ਦਸਤਕ ਦੇ ਸਕਦੇ ਨੇ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ 30 ਸਾਲਾ ਨੀਤੀ ਮਾਹਿਰ ਅਤੇ ਟੈਕਸਸ ਦੇ ਕੰਟਰੀ ਕਮਿਸ਼ਨ ਦੇ ਅਹੁਦੇ ਲਈ ਉਮੀਦਵਾਰ ਤਰਲ ਪਟੇਲ ਨੂੰ ਟੈਕਸਸ ਰੇਂਜਰਸ ਨੇ ਆਨਲਾਈਨ ਗਲਤ ਪਛਾਣ ਅਤੇ ਪਛਾਣ ਦੀ ਫਰਜ਼ੀ ਪੇਸ਼ਕਾਰੀ ਕਰਨ ਦੇ ਦੋਸ਼ ਹੇਠ ਬੀਤੇ ਦਿਨ ਗ੍ਰਿਫਤਾਰ ਕੀਤਾ ਹੈ। ਗਲਤ ਪਛਾਣ ਨਸ਼ਰ ਕਰਨਾ ਟੈਕਸਸ ਚੋਣ ਕੋਡ ਤਹਿਤ ਸ਼੍ਰੇਣੀ A ਦਾ ਅਪਰਾਧ ਹੈ।
ਫੋਰਡ ਬੈਂਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਪਬਲਿਕ ਇੰਟੈਗ੍ਰਿਟੀ ਡਿਵੀਜ਼ਨ ਟੈਕਸਸ ਰੇਂਜਰਸ ਨਾਲ ਮਿਲ ਕੇ ਪ੍ਰਿਸਿੰਕਟ 3 ਕਮਿਸ਼ਨ ਦੇ ਅਹੁਦੇ ਲਈ ਸਿਆਸੀ ਉਮੀਦਵਾਰ ਪਟੇਲ ਖਿਲਾਫ਼ ਸ਼ਿਕਾਇਤ ਦੀ ਜਾਂਚ ਕਰ ਰਿਹਾ ਹੈ। ਟੈਕਸਸ ਚੋਣ ਕੋਡ ਤਹਿਤ ਆਨਲਾਈਨ ਗਲਤ ਪਛਾਣ ਲਈ 3rd ਡਿਗਰੀ ਅਤੇ ਪਛਾਣ ਦੀ ਗਲਤ ਪੇਸ਼ਕਾਰੀ ਲਈ ਸ਼੍ਰੇਣੀ ਏ ਦੇ ਅਪਰਾਧ ਦੇ ਦੋਸ਼ ਮੁੱਖ ਸ਼ਿਕਾਇਤਾਂ ਹਨ। ਜਾਂਚ ਅਜੇ ਵੀ ਜਾਰੀ ਹੈ। ਅਮਰੀਕਾ ਦੇ ਮਿਸੂਰੀ ਰਾਜ 'ਚ ਸਾਬਕਾ ਪ੍ਰੇਮਿਕਾ ਦੀ ਹੱਤਿਆ ਦੇ ਮਾਮਲੇ 'ਚ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ 'ਤੇ ਅਮਲ ਕਰਦਿਆਂ ਦੋਸ਼ੀ ਡੇਵਿਡ ਹੋਸੀਰ ਨੂੰ ਜ਼ਹਿਰ ਦਾ ਟੀਕਾ ਲਾਇਆ ਗਿਆ, ਜਿਸ ਦੇ ਕੁਝ ਹੀ ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸਾਲ ਰਾਜ 'ਚ ਇਹ ਦੂਸਰਾ ਵਿਅਕਤੀ ਹੈ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਮਿਸੂਰੀ ਡਿਪਾਰਟਮੈਂਟ ਆਫ ਕੁਰੇਕਸ਼ਨਜ਼ ਦੇ ਬੁਲਾਰੇ ਕਾਰੇਨ ਪੋਜਮੈਨ ਨੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਡੇਵਿਡ ਹੋਸੀਰ ਨੂੰ ਪੈਂਟੋਬਰਬੀਟਲ ਦੀ 5 ਗ੍ਰਾਮ ਡੋਜ਼ ਦੇਣ ਉਪਰੰਤ ਸ਼ਾਮ 6:11 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਹੋਸੀਰ ਨੂੰ 2009 'ਚ ਆਪਣੀ ਸਾਬਕਾ ਪ੍ਰੇਮਿਕਾ ਐਂਜਲਾ ਗਿਲਪਿਨ, ਜੋ ਸ਼ਾਦੀਸ਼ੁਦਾ ਸੀ ਅਤੇ 2 ਬੱਚਿਆਂ ਦੀ ਮਾਂ ਸੀ, ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤੀ ਰਿਕਾਰਡ ਅਨੁਸਾਰ ਹੋਸੀਰ ਆਪਣੀ ਸਾਬਕਾ ਪ੍ਰੇਮਿਕਾ ਐਂਜਲਾ ਗਿਲਪਿਨ ਵੱਲੋਂ ਉਸ ਨਾਲੋਂ ਨਾਤਾ ਤੋੜ ਲੈਣ ਤੋਂ ਖਫਾ ਸੀ। 28 ਸਤੰਬਰ 2009 ਦੀ ਸਵੇਰ ਨੂੰ ਗਵਾਂਢੀ ਨੇ ਗਿਲਪਿਨ ਅਤੇ ਉਸ ਦੇ ਪਤੀ ਰੋਡਨੀ ਦੀਆਂ ਲਾਸ਼ਾਂ ਉਸ ਦੇ ਅਪਾਰਟਮੈਂਟ ਦੀ ਦਹਿਲੀਜ਼ 'ਤੇ ਪਈਆਂ ਦੇਖੀਆਂ ਸਨ। ਇਸਤਗਾਸਾ ਪੱਖ ਨੇ ਹੋਸੀਰ ਵਿਰੁੱਧ ਰੋਡਨੀ ਦੀ ਹੱਤਿਆ ਦੇ ਦੋਸ਼ ਵਾਪਸ ਲੈ ਲਏ ਸਨ। ਹੋਸੀਰ ਨੇ ਆਪਣਾ ਆਖਰੀ ਖਾਣਾ ਸਵੇਰੇ 11 ਵਜੇ ਖਾਧਾ, ਜਿਸ ਵਿੱਚ ਮਾਸ ਦੀ ਟਿੱਕੀ, ਭੁੰਨਿਆ ਆਲੂ, ਟੋਸਟ, ਸੇਬ, ਦੁੱਧ ਅਤੇ ਜੂਸ ਸ਼ਾਮਲ ਸੀ। ਇੱਥੇ ਜ਼ਿਕਰਯੋਗ ਹੈ ਕਿ ਮਿਸੂਰੀ ਦੇ ਰਿਪਬਲਿਕਨ ਗਵਰਨਰ ਮਾਈਕਲ ਪਰਸਨ ਨੇ ਲੰਘੇ ਸੋਮਵਾਰ ਡੇਵਿਡ ਹੋਸੀਰ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਸੀ। ਗਵਰਨਰ ਨੇ ਕਿਹਾ ਸੀ ਕਿ ਬੇਹੁਦਾ ਹਿੰਸਾ ਕਾਰਨ ਹੋਸੀਰ ਕਿਸੇ ਵੀ ਰਹਿਮ ਦਾ ਪਾਤਰ ਨਹੀਂ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਅਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।